ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਨੂੰ ਦਬਾ ਲਵੋ ਤਾਂ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰੋ ਹੁਣ ਆਪਣੀਆਂ ਵੀਡੀਓਆਂ ਨੇ ਜਿਹੜੀਆਂ ਉਹ ਇਦਾਂ ਹੀ ਘੈਂਟ ਘੈਂਟ ਕੁਐਸਚਨਾਂ ਦੇ ਨਾਲ ਭਰੀਆਂ ਹੋਇਆ ਕਰਨਗੀਆਂ ਠੀਕ ਆ ਟਾਈਮਿੰਗ ਤੁਹਾਨੂੰ ਪਤਾ ਵਾ ਸਵੇਰੇ 9:30 ਵਜੇ ਇੱਕ ਵੀਡੀਓ ਆਉਂਦੀ ਹੁੰਦੀ ਆ ਤੇ ਫਿਰ 12:30 ਵਜੇ ਫਿਰ 4 ਵਜੇ ਫਿਰ ਸ਼ਾਮ ਨੂੰ 7 ਵਜੇ ਇਹ ਚਾਰ ਵੀਡੀਓ ਪੱਕੀਆਂ ਨੇ ਬਾਕੀ ਜੇ ਕੋਈ ਫੇਰ ਬਦਲ ਹੁੰਦੀ ਆ ਵੀਡੀਓ ਵਧਾਉਣੇ ਆ ਤਾਂ ਉਹ ਵੀ ਤੁਹਾਨੂੰ ਟਾਈਮਿੰਗ ਆਪਾਂ ਕਮਿਊਨਿਟੀ 'ਚ ਪੋਸਟ ਪਾ ਦਿੰਨੇ ਹੁੰਨੇ ਆ ਠੀਕ ਆ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਵੀਡੀਓ ਜੇ ਵਧੀਆ ਲੱਗਦੀ ਆ ਤਾਂ ਲਾਈਕ ਕਰਕੇ ਸ਼ੇਅਰ ਜ਼ਰੂਰ ਯਾਰ ਕਰਿਆ ਕਰੋ ਵੀਡੀਓ ਜਿੰਨੀਆਂ ਸ਼ੇਅਰ ਕਰੋਗੇ ਓਨੀਆਂ ਵਧਣਗੀਆਂ ਆਪਣੀਆਂ ਫੈਲਣਗੀਆਂ ਵੀਡੀਓ ਬਸ ਆਪਾਂ ਫੈਲਾਉਣੀਆਂ ਨੇ ਵੱਧ ਤੋਂ ਵੱਧ ਬੱਚੇ ਤਿਆਰੀ ਕਰ ਸਕਣ ਠੀਕ ਆ ਸੋ ਹੁਣ ਆਪਾਂ ਦੇਖਦੇ ਆਂ ਆਪਾਂ ਕੁਐਸਚਨ ਨੰਬਰ ਮੈਨਲਾ ਦਾ ਅੱਜ ਆਪਾਂ 30 ਕੁਐਸਚਨ ਪਹਿਲੀਆਂ ਵੀਡੀਓ ਚ ਕਰਿਆ 15 ਇੱਕ ਚ 15 ਇੱਕ ਚ ਤੇ ਉਦੋਂ ਅੱਗੇ ਆਪਾਂ ਸਟਾਰਟ ਕਰਨ ਲੱਗੇ ਆਂ 31 ਨੰਬਰ ਕੁਐਸਚਨ ਤੋਂ ਠੀਕ ਹੈ ਜੀ ਸੋ 31 ਨੰਬਰ ਕੁਐਸਚਨ ਹੈ ਆਪਣਾ ਕੇਅਰ ਦੇ ਮੁੱਖ ਕੰਮ ਹਨ ਕੇਅਰ ਦੇ ਕੀ ਮੁੱਖ ਕੰਮ ਨੇ ਨੰਬਰ 1 ਅਨਾਥਾ ਆਸ਼ਰਮਾਂ ਨੂੰ ਬਣਾਉਣਾ ਨੰਬਰ 2 ਸਹਿਕਾਰੀ ਸੰਸਥਾਵਾਂ ਨੰਬਰ 3 ਖੇਤੀ ਔਜ਼ਾਰਾਂ ਨੂੰ ਲੋਕ ਪ੍ਰਸਿੱਧ ਬਣਾਉਣਾ ਜਾਂ ਨੰਬਰ 4 ਉਪਰੋਕਤ ਸਾਰੇ ਸੋ ਜਿਹੜੀ ਕੇਆਰ ਆ ਕੇਰ ਦੇ ਇਹ ਤਿੰਨੇ ਹੀ ਆ ਜਿਹੜੇ ਇਹ ਕੇਰ ਦੇ ਕੰਮਾਂ ਦੇ ਵਿੱਚ ਆਉਂਦੇ ਆ ਸੋ ਇਸ ਕਰਕੇ ਜਿਹੜਾ 4 ਨੰਬਰ ਆਪਸ਼ਨ ਉਪਰੋਕਤ ਸਾਰੇ ਇਹ ਸਹੀ ਜਵਾਬ ਹੋ ਜਾਊਗਾ ਤੁਹਾਡਾ ਠੀਕ ਆ ਤੇ ਨੈਕਸਟ ਆਪਾਂ ਦੇਖਦੇ ਆਂ ਅਗਲਾ ਕੁਐਸਚਨ ਹੁਣ 32 ਨੰਬਰ ਕੁਐਸਚਨ ਆ ਆ ਗਿਆ ਹਾਂਜੀ ਕੇਅਰ ਦੀ ਸਥਾਪਨਾ ਕਦੋਂ ਹੋਈ ਕੇਅਰ ਜਿਹੜੀ ਕੇਅਰ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ ਤਾਂ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 1947 ਵਿੱਚ ਫਿਰ ਨੰਬਰ 2 1948 ਵਿੱਚ ਨੰਬਰ 3 1949 ਵਿੱਚ ਤੇ ਨੰਬਰ 4 1945 ਦੇ ਵਿੱਚ ਸੋ ਕੇਅਰ ਦੀ ਸਥਾਪਨਾ ਕੀਤੀ ਗਈ ਸੀਗੀ ਜੀ ਇਹਨਾਂ ਵਿੱਚੋਂ ਆਪਸ਼ਨ ਨੰਬਰ 4 1945 ਈਸਵੀ ਦੇ ਵਿੱਚ ਕੇਅਰ ਦੀ ਸਥਾਪਨਾ ਕੀਤੀ ਗਈ ਸੀਗੀ ਨੈਕਸਟ ਆਪਾਂ ਦੇਖਦੇ ਹਾਂ ਅਗਲਾ ਕੁਐਸਚਨ ਹਾਂਜੀ ਨਰਸਾਂ ਦੇ ਲਈ ਵਿਸ਼ਵ ਸਕੂਲ ਸਿੱਖਿਆ ਕਦੋਂ ਸ਼ੁਰੂ ਹੋਈ ਇਹ ਕੁਐਸਚਨ ਵੀ ਵੈਰੀ ਇੰਪੋਰਟੈਂਟ ਕੁਐਸਚਨਾਂ ਦੇ ਵਿੱਚ ਆਉਂਦਾ ਵਾ ਠੀਕ ਆ ਕਿ ਨਰਸਾਂ ਦੇ ਲਈ ਵਿਸ਼ਵ ਸਕੂਲ ਸਿੱਖਿਆ ਕਦੋਂ ਸ਼ੁਰੂ ਹੋਈ ਆਪਸ਼ਨ ਇਹ ਆ ਤੁਹਾਡੇ ਕੋਲ ਨੰਬਰ 1 1948 ਨੰਬਰ 2 1946 ਨੰਬਰ 3 1947 ਤੇ ਨੰਬਰ 4 1945 ਸੋ ਇਹਦਾ ਰਾਈਟ ਆਨਸਰ ਕਿਹੜਾ ਹੋ ਸਕਦਾ ਵਾ ਦੱਸੋ ਫਿਰ ਕਮੈਂਟ ਕਰੋ ਕਮੈਂਟ ਹਾਂਜੀ ਸੋ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 2 1946 ਦੇ ਵਿੱਚ ਨਰਸਾਂ ਦੇ ਲਈ ਵਿਸ਼ਵ ਸਕੂਲ ਸਿੱਖਿਆ ਸ਼ੁਰੂ ਕਰ ਦਿੱਤੀ ਗਈ ਸੀਗੀ ਠੀਕ ਆ ਸੋ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤੀ ਹੈਗੀ ਵੀਡੀਓ ਸ਼ੇਅਰ ਵਿਊ ਹੋਰ ਥੋੜੇ ਜੇ ਵਾਧੇ ਆਣਗੇ ਵਿਊ ਨਾ ਘਟਾ ਦੇ ਕਰੋ ਕਿ ਤੇ ਵਧਾ ਕੇ ਰੱਖਿਆ ਕਰੋ ਵਿਊ ਠੀਕ ਆ ਹਾਂਜੀ ਮਨੋਵਿਗਿਆਨ ਦਾ ਮੁੱਖ ਕੰਮ ਹੈ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਮਨੁੱਖ ਦਾ ਅਧਿਐਨ ਕਰਨਾ ਨੰਬਰ 2 ਮਨੁੱਖੀ ਸਰੀਰ ਦਾ ਅਧਿਐਨ ਕਰਨਾ ਨੰਬਰ 3 ਮਨੁੱਖੀ ਵਿਗਿਆਨ ਦਾ ਵਿਸ਼ਲੇਸ਼ਣ ਕਰਨਾ ਤੇ ਨੰਬਰ 4 ਮਨੁੱਖੀ ਸੁਭਾਅ ਦਾ ਅਧਿਐਨ ਕਰਨਾ ਮਨੋਵਿਗਿਆਨ ਦਾ ਇਹਨਾਂ ਵਿੱਚੋਂ ਕਿਹੜਾ ਕੰਮ ਆ ਜੀ ਦੱਸੋ ਫਿਰ ਕਮੈਂਟ ਸੈਕਸ਼ਨ ਚ ਦੇਖਦੇ ਆ ਕਿਹੜਾ ਸਹੀ ਜਵਾਬ ਦਿੰਦਾ ਵਾ ਹਾਂਜੀ ਰਾਈਟ ਆਨਸਰ ਇਜ਼ অপਸ਼ਨ ਨੰਬਰ 4 ਮਨੁੱਖੀ ਸੁਭਾਅ ਦਾ ਅਧਿਐਨ ਕਰਨਾ ਮਨੋਵਿਗਿਆਨ ਦਾ ਮੁੱਖ ਕੰਮ ਹੁੰਦਾ ਮਨੁੱਖੀ ਸੁਭਾਅ ਦਾ ਅਧਿਐਨ ਕਰਨਾ ਨੈਕਸਟ ਹਾਂਜੀ 35 ਨੰਬਰ ਕੁਐਸਚਨ ਆ ਜਨ ਸਿਹਤ ਨਰਸਿੰਗ ਦੀ ਰੀੜ ਦੀ ਹੱਡੀ ਹੈ ਆਪਸ਼ਨ ਆ ਨੰਬਰ 1 ਨਿੱਕੀ ਕੰਮ ਕਰਨ ਵਾਲੀ ਥਾਂ ਨੰਬਰ 2 ਸਰਬਜਨਕ ਕੰਮ ਕਰਨ ਵਾਲੀ ਥਾਂ ਨੰਬਰ 3 ਘਰ ਦੀ ਮੁਲਾਕਾਤ ਤੇ ਨੰਬਰ 4 ਸਰਬਜਨਕ ਸਭਾ ਇਹਨਾਂ ਦੇ ਵਿੱਚੋਂ ਜਨ ਸਿਹਤ ਨਰਸਿੰਗ ਦੀ ਰੀੜ ਦੀ ਹੱਡੀ ਹੈ ਕਿਹੜੀ ਆ ਰੀੜ ਦੀ ਹੱਡੀ ਇਹਨਾਂ ਚੋਂ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਆਪਸ਼ਨ ਨੰਬਰ 3 ਘਰ ਦੀ ਮੁਲਾਕਾਤ ਨੈਕਸਟ 36 ਨੰਬਰ ਕੁਐਸਚਨ ਹੈ ਆਪਣਾ ਪਿੰਡੂ ਸਿਹਤ ਮਾਰਗਦਰਸ਼ਕਾਂ ਨੂੰ ਟ੍ਰੇਨਡ ਕਰਨ ਦੀ ਯੋਜਨਾ ਕਦੋਂ ਸ਼ੁਰੂ ਹੋਈ ਆਪਸ਼ਨ ਨੇ ਨੰਬਰ 1 1979 ਨੰਬਰ 2 1977 ਨੰਬਰ 3 1978 ਨੰਬਰ 4 1987 ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਸਹੀ ਜਵਾਬ ਆ ਉਹ ਹੈਗਾ 1977 ਯਾਨੀ ਕਿ ਆਪਸ਼ਨ ਨੰਬਰ 2 ਹਾਂਜੀ ਨੈਕਸਟ ਆਪਾਂ ਦੇਖਦੇ ਹਾਂ ਅਗਲਾ ਕੁਐਸਚਨ ਹੇਠ ਲਿਖਿਆਂ ਵਿੱਚੋਂ ਪ੍ਰਾਇਮਿਕ ਸਿਹਤ ਕੇਂਦਰ ਦਾ ਕੰਮ ਹੈ ਕਿਹੜਾ ਕੰਮ ਆ ਨੰਬਰ 1 ਮਾਂ ਤੇ ਬੱਚੇ ਦੀ ਸਿਹਤ ਨੰਬਰ 2 ਸੰਕਰਾਮਿਕ ਬਿਮਾਰੀਆਂ ਤੇ ਕਾਬੂ ਕਰਨਾ ਅਤੇ ਦੇਖਰੇਖ ਕਰਨੀ ਨੰਬਰ 3 ਸਿਹਤ ਸਿੱਖਿਆ ਤੇ ਨੰਬਰ 4 ਉਪਰੋਕਤ ਸਾਰੇ ਸੋ ਹੇਠ ਲਿਖਿਆਂ ਵਿੱਚੋਂ ਪ੍ਰਾਇਮਿਕ ਸਿਹਤ ਕੇਂਦਰ ਦੇ ਕਿਹੜੇ-ਕਿਹੜੇ ਕੰਮ ਨੇ ਇਹ ਤਿੰਨੇ ਹੀ ਕੰਮ ਨੇ ਜਿਹੜੇ ਸਿਹਤ ਕੇਂਦਰ ਦੇ ਕੰਮ ਨੇ ਇਸ ਕਰਕੇ ਚਾਰ ਨੰਬਰ ਆਪਸ਼ਨ ਆ ਜਿਹੜਾ ਉਪਰੋਕਤ ਸਾਰੇ ਇਹ ਤੁਹਾਡਾ ਸਹੀ ਆਨਸਰ ਹੋਵੇਗਾ ਹਾਂਜੀ ਨੈਕਸਟ 38 ਨੰਬਰ ਤੇ ਕੁਐਸਚਨ ਹੈ ਕੇਂਦਰੀ ਸਮਾਜ ਭਲਾਈ ਬੋਰਡ ਦੀ ਸਥਾਪਨਾ ਹੋਈ ਯਾਨੀ ਕਿ ਕਦੋਂ ਸਥਾਪਨਾ ਹੋਈ ਆਪਸ਼ਨ ਹੈ ਨੰਬਰ 1 1956 ਨੰਬਰ 2 1958 ਨੰਬਰ 3 1963 ਅਤੇ ਨੰਬਰ 4 1900 57 100 ایس کوسچن دا ਜਿਹੜਾ ਰਾਈਟ ਆਨਸਰ ਆ ਉਹ ਹੈਗਾ 1900 57 ਚਾਰ ਨੰਬਰ ਆਪਸ਼ਨ ਇਸ ਦਾ ਰਾਈਟ ਆਨਸਰ ਹਾਂਜੀ ਇੰਪੋਰਟੈਂਟ ਕੁਐਸਚਨ ਹੈ ਇੱਕ ਆਂਗਨਵਾੜੀ ਕਾਰਜਕਰਤਾ ਕਿੰਨੀ ਜਨਸੰਖਿਆ ਉੱਤੇ ਹੁੰਦੀ ਹੈ ਆਪਸ਼ਨ ਨੰਬਰ 1 2000 ਨੰਬਰ 2 1000 ਨੰਬਰ 3 1500 ਨੰਬਰ 4 2000 ਸੋ ਜਿਹੜੀ ਕਾਂਗਨਵਾੜੀ ਕਾਰਜਕਰਤਾ ਹੁੰਦੀ ਹੈ ਜੀ ਉਹ ਹੁੰਦੀ ਆ ਕਿੰਨੀ ਜਨਸੰਖਿਆ ਦੇ ਉੱਤੇ ਹੁੰਦੀ ਆ ਉਹ ਹੁੰਦੀ ਆ 1000 ਜਨਸੰਖਿਆ ਦੇ ਉੱਤੇ ਤੇ ਆਪਸ਼ਨ ਨੰਬਰ 2 ਆ ਜਿਹੜਾ ਇਹ ਤੁਹਾਡਾ ਸਹੀ ਉੱਤਰ ਹੋਵੇਗਾ हां जी भारत ਵਿੱਚ ਪੁਰਸ਼ਾਂ ਅਤੇ ਔਰਤਾਂ ਦੀ ਅਨੁਮਾਨਿਤ ਉਮਰ ਹੈ ਕਿੰਨੀ ਹੈ ਜੀ ਭਾਰਤ ਵਿੱਚ ਪੁਰਸ਼ਾਂ ਅਤੇ ਔਰਤਾਂ ਦੀ ਅਨੁਮਾਨਿਤ ਉਮਰ ਤਾਂ ਆਪਸ਼ਨ ਤੁਹਾਡੇ ਕੋਲ ਆ ਨੰਬਰ 1 57 ਤੋਂ 58 ਸਾਲ ਨੰਬਰ 2 56 ਤੋਂ 57 ਸਾਲ ਨੰਬਰ 3 58 ਤੋਂ 59 ਸਾਲ ਨੰਬਰ 4 59 ਤੋਂ 60 ਸਾਲ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਵਾਜੀ ਇਹਨਾਂ ਦੇ ਵਿੱਚੋਂ ਆਪਸ਼ਨ ਨੰਬਰ 3 ਜਿਹੜੀ ਭਾਰਤ ਵਿੱਚ ਪੁਰਸ਼ਾਂ ਤੇ ਔਰਤਾਂ ਦੀ ਅਨੁਮਾਨੇ ਤੋਂ ਮਰ ਆ ਉਹ 58 ਤੋਂ 59 ਸਾਲ ਮੰਨੀ ਜਾਂਦੀ ਹੈ ਠੀਕ ਹੈ ਨੰਬਰ 1 ਤੇ ਕੁਐਸਚਨ ਆ ਅਦਰੰਗ ਦੀ ਬਿਮਾਰੀ ਹੈ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਛੂਤ ਦੀ ਬਿਮਾਰੀ ਨੰਬਰ 2 ਅਸ਼ੂਤ ਦੀ ਬਿਮਾਰੀ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਕਿਹੜਾ ਕੁਐਸਚਨ ਤੁਹਾਡਾ ਰਾਈਟ ਆਨਸਰ ਹੋਊਗਾ ਤੁਹਾਡੇ ਕੋਲੇ 10 ਸੈਕਿੰਡ ਦਾ ਟਾਈਮ ਦਿੱਤਾ ਜਾਊਗਾ ਸੋਚਣ ਲਈ ਉਸ ਤੋਂ ਬਾਅਦ ਮੈਂ ਆਨਸਰ ਦਵਾਂਗਾ ਹਾਂਜੀ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਤੁਹਾਡਾ ਆਪਸ਼ਨ ਨੰਬਰ 1 ਅਦਰੰਗਿਕ ਸ਼ੂਤ ਦੀ ਬਿਮਾਰੀ ਹੈ ਠੀਕ ਹੈ ਜੀ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 2 ਪਹਿਲੀ ਵਾਰ ਪੋਲੀਓ ਦਾ ਕੇਸ ਕਦੋਂ ਪਾਇਆ ਗਿਆ ਆਪਸ਼ਨ ਨੇ ਤੁਹਾਡੇ ਕੋਲੇ 1840 ਦੇ ਵਿੱਚ ਨੰਬਰ 2 1849 ਦੇ ਵਿੱਚ ਨੰਬਰ 3 1850 ਦੇ ਵਿੱਚ ਅਤੇ ਨੰਬਰ 4 ਉਪਰੋਕਤ ਸਾਰੇ ਸੋ ਪਹਿਲਾ ਜਿਹੜਾ ਪੋਲੀਓ ਦਾ ਕੇਸ ਸੀ ਉਹ ਕਦੋਂ ਪਾਇਆ ਗਿਆ ਸੀ ਦੱਸੋ ਜੀ ਸੋ ਪਹਿਲਾ ਪੋਲੀਓ ਦਾ ਕੇਸ ਪਾਇਆ ਗਿਆ ਸੀ ਜੀ 1840 ਦੇ ਵਿੱਚ অপਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ ਸੋ 1 ਨੰਬਰ ਆਪਸ਼ਨ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਹਾਂਜੀ ਪਹਿਲੀ ਵਾਰ ਪੋਲੀਓ ਨੂੰ ਕਿਸ ਦੁਆਰਾ ਪਛਾਣਿਆ ਗਿਆ ਇਹਨਾਂ ਦੇ ਵਿੱਚੋਂ ਉਹ ਕੌਣ ਸੀ ਜੀਨੇ ਪਹਿਲੀ ਵਾਰ ਪੋਲੀਓ ਦੀ ਪਛਾਣ ਕੀਤੀ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਜੈਕਬ ਹੈਨੇ ਨੰਬਰ 2 ਮਾਈਕਲ ਵਾਨ ਨੰਬਰ 3 Karl Marx ਨੰਬਰ 4 ਕੋਈ ਨਹੀਂ ਹਾਂਜੀ ਸੋਚੋ ਜੀ ਇਸ ਕੁਐਸਚਨ ਦਾ ਰਾਈਟ ਆਨਸਰ ਕਿਹੜਾ ਹੋ ਸਕਦਾ ਸੋ ਰਾਈਟ ਆਨਸਰ ਹੈਗਾ ਵਾ ਜੀ অপਸ਼ਨ ਨੰਬਰ 1 ਜੈਕਬ ਜੈਕਬ ਹੈਨੇ ਇੱਕ ਸਾਇੰਟਿਸਟ ਸੀ ਜੀ ਨੇ ਪਹਿਲੀ ਵਾਰ ਪੋਲੀਓ ਨੂੰ ਪਛਾਣਿਆ ਠੀਕ ਹੈ ਜੀ ਪੋਲੀਓ ਦਾ ਦੂਸਰਾ ਨਾਮ ਕੀ ਹੋ ਸਕਦਾ ਹੈ? ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਅਦਰੰਗ, ਨੰਬਰ 2 ਟੀਵੀ, ਨੰਬਰ 3 ਐਡਜ਼ ਅਤੇ ਨੰਬਰ 4 ਕੋਈ ਨਹੀਂ। ਸੋ ਇਹਨਾਂ ਦੇ ਵਿੱਚੋਂ ਪੋਲੀਓ ਦਾ ਦੂਸਰਾ ਨਾਮ ਆ ਜਿਹੜਾ ਉਹ ਕਿਹੜਾ ਹੋ ਸਕਦਾ ਵਾ? ਤਾਂ ਦੇਖਦੇ ਹਾਂ ਕਿੰਨੇ ਬੱਚੇ ਸਹੀ ਜਵਾਬ ਦਿੰਦੇ ਆ। ਹਾਂਜੀ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਆ ਉਹ ਹੈਗਾ ਆਪਸ਼ਨ ਨੰਬਰ 1। ਪੋਲੀਓ ਦਾ ਜਿਹੜਾ ਦੂਸਰਾ ਨਾਮ ਆ ਉਹ ਅਦਰੰਗ ਵੀ ਹੋ ਸਕਦਾ ਹੈ। 5 ਨੰਬਰ ਤੇ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਸਭ ਤੋਂ ਭਲਾਈ ਦਾ ਕੰਮ ਕਿਹੜਾ ਹੈ? ਇਹਨਾਂ ਦੇ ਵਿੱਚੋਂ ਉਹ ਕਿਹੜਾ ਕੰਮ ਆ ਜਿਹੜਾ ਸਭ ਤੋਂ ਜ਼ਿਆਦਾ ਭਲਾਈ ਦਾ ਨੰਬਰ 1 ਪੋਲੀਓ ਤੋਂ ਛੁਟਕਾਰਾ ਨੰਬਰ 2 ਮਲੇਰੀਏ ਦੀ ਰੋਕਥਾਮ ਨੰਬਰ 3 ਚੇਚਕ ਦੀ ਰੋਕਥਾਮ ਅਤੇ ਨੰਬਰ 4 ਬੱਚਿਆਂ ਦੀ ਰੋਗ ਮੁਕਤੀ ਦਾ ਪ੍ਰੋਗਰਾਮ ਸੋ ਵੈਸੇ ਤਾਂ ਇਹ ਸਾਰੇ ਹੀ ਕੰਮ ਵਧੀਆ ਭਲਾਈ ਦੇ ਕੰਮ ਨੇ ਪਰ ਜਿਹੜਾ ਤੁਹਾਡਾ ਆਨਸਰ ਆ ਉਹ ਤੁਹਾਨੂੰ ਦੱਸਣਾ ਪਵੇਗਾ ਹਾਂਜੀ ਰਾਈਟ ਆਨਸਰ ਹੈਗਾ ਵਾਜੀ অপਸ਼ਨ ਨੰਬਰ 4 ਬੱਚਿਆਂ ਦੀ ਰੋਗ ਮੁਕਤੀ ਦਾ ਪ੍ਰੋਗਰਾਮ ਆ ਜਿਹੜਾ ਇਹ ਸਭ ਤੋਂ ਭਲਾਈ ਦਾ ਕੰਮ ਹੈ ਨੈਕਸਟ ਕੁਐਸਚਨ ਆਪਾਂ ਦੇਖ ਲੈਨੇ ਆ ਹਾਂਜੀ ਪੋਲੀਓ ਵਾਇਰਸ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਦੋ ਤਰ੍ਹਾਂ ਦੇ ਨੰਬਰ 2 ਪੰਜ ਤਰ੍ਹਾਂ ਦੇ ਨੰਬਰ 3 ਤਿੰਨ ਤਰ੍ਹਾਂ ਦੇ ਤੇ ਨੰਬਰ 4 ਚਾਰ ਤਰ੍ਹਾਂ ਦੇ ਸੋ ਜਿਹੜੇ ਪੋਲੀਓ ਆ ਇਹ ਪੋਲੀਓ ਵਾਇਰਸ ਕਿੰਨੀ ਤਰ੍ਹਾਂ ਦੇ ਹੁੰਦੇ ਆ ਸੋਚੋ ਜੀ ਤੇ ਦਬੋ ਜਲਦੀ ਜਲਦੀ ਆਪ ਦਾ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇਖਦੇ ਆ ਕਿੰਨੇ ਬੱਚੇ ਸਹੀ ਕਰਦੇ ਆ ਹਾਂਜੀ ਏਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਜੀ ਪੋਲੀਓ ਤਿੰਨ ਤਰ੍ਹਾਂ ਦੇ ਹੁੰਦੇ ਆ ਆਪਸ਼ਨ ਨੰਬਰ 3 ਇਸ ਤੁਹਾਡਾ ਰਾਈਟ ਆਨਸਰ ਹੋ ਜਾਣਾ ਆ ਨੈਕਸਟ ਕੁਐਸਚਨ ਆਪਾਂ ਦੇਖਦੇ ਆਂ ਹਾਂਜੀ 7 ਨੰਬਰ ਤੇ ਕੁਐਸਚਨ ਆ ਮਾਈਕਰੋ ਬੈਕਟੀਰੀਆ ਕਿਸ ਨੂੰ ਪ੍ਰਭਾਵਿਤ ਕਰਦੇ ਹਨ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਫੇਫੜਿਆਂ ਨੂੰ ਨੰਬਰ 2 ਦਿਲ ਨੂੰ ਨੰਬਰ 3 ਦਿਮਾਗ ਨੂੰ ਤੇ ਨੰਬਰ 4 ਗੁਰਦੇ ਨੂੰ ਸੋ ਮਾਈਕਰੋ ਬੈਕਟੀਰੀਆ ਕਿਸ ਨੂੰ ਪ੍ਰਭਾਵਿਤ ਕਰਦੇ ਹਨ ਛੇਤੀ ਤੋਂ ਛੇਤੀ ਆਪਦਾ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਲਿਖਣ ਦੀ ਕਿਰਪਾਲਤਾ ਕੀਤੀ ਜਾਵੇ ਹਾਂਜੀ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਜੀ অপਸ਼ਨ ਨੰਬਰ 1 ਮਾਈਕਰੋ ਬੈਕਟੀਰੀਆ ਨੇ ਜਿਹੜੇ ਉਹ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਨੇ ਨੈਕਸਟ ਹਾਂਜੀ ਟੀਵੀ ਦੀ ਬਿਮਾਰੀ ਸਭ ਤੋਂ ਜ਼ਿਆਦਾ ਕਿੱਥੇ ਅਸਰ ਪਾਉਂਦੀ ਹੈ ਮੋਸਟ ਇੰਪੋਰਟੈਂਟ ਕੁਐਸਚਨਿਆ ਤੇ ਸੌਖਾ ਵਾ ਪਤਾ ਹੋਊਗਾ ਸਾਰਿਆਂ ਨੂੰ ਆਪਸ਼ਨ A ਫੇਫੜਿਆਂ ਤੇ ਨੰਬਰ 2 ਦਿਲ ਤੇ ਨੰਬਰ 3 ਜਿਗਰ ਤੇ ਤੇ ਨੰਬਰ 4 ਦਿਮਾਗ ਤੇ ਸੋ ਜਿਹੜੀ ਜਦੋਂ ਟੀਵੀ ਦੀ ਬਿਮਾਰੀ ਹੁੰਦੀ ਆ ਉਦੋਂ ਆਮ ਤੌਰ ਤੇ ਆਪਾਂ ਨੂੰ ਖੰਘ ਬਹੁਤ ਛੇੜਦੀ ਆ ਠੀਕ ਹੈ ਜੀ ਜਿਹੜੇ ਟੀਵੀ ਤੋਂ ਪ੍ਰਭਾਵਿਤ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਖੰਘ ਬਹੁਤ ਛੇੜਦੀ ਆ ਸੋ ਇਸ ਕਰਕੇ ਲੰਗਜ਼ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਆ ਸੋ ਆਨਸਰ ਤੁਹਾਡਾ ਹੋ ਜਾਊਗਾ ਆਪਸ਼ਨ ਨੰਬਰ 1 ਫੇਫੜਿਆਂ ਦੇ ਉੱਤੇ ਜਿਹੜੀ ਟੀਵੀ ਦੀ ਬਿਮਾਰੀ ਆ ਇਹ ਸਭ ਤੋਂ ਜ਼ਿਆਦਾ ਕਿੱਥੇ ਪ੍ਰਭਾਵ ਪਾਉਂਦੀ ਆ ਇਹ ਪਾਉਂਦੀ ਆ ਜੀ ਫੇਫੜਿਆਂ ਦੇ ਉੱਤੇ ਆਪਸ਼ਨ ਨੰਬਰ 1 ਆ ਜਿਹੜਾ ਇਹ ਤੁਹਾਡਾ ਸਹੀ ਆਨਸਰ ਹੋ ਜਾਊਗਾ ਹਾਂਜੀ ਨੌ ਨੰਬਰ ਤੇ ਕੁਐਸਚਨ ਸੌਰੀ ਪੂਰੀ ਤਰ੍ਹਾਂ ਠੀਕ ਪੂਰੀ ਤਰ੍ਹਾਂ ਠੀਕ ਸਿਹਤ ਦੀ ਪਰਿਭਾਸ਼ਾ ਹੈ ਨੰਬਰ 1 ਸਰੀਰਕ ਤੰਦਰੁਸਤੀ ਨੰਬਰ 2 ਸਮਾਜਿਕ ਅਤੇ ਬਿਮਾਰੀ ਤੋਂ ਬਿਨਾ ਨੰਬਰ 3 ਦਿਮਾਗੀ ਤੰਦਰੁਸਤੀ ਤੇ ਨੰਬਰ 4 ਉਪਰੋਕਤ ਸਾਰੇ ਸੋ ਪੂਰੀ ਤਰ੍ਹਾਂ ਠੀਕ ਸਿਹਤ ਦੀ ਪਰਿਭਾਸ਼ਾ ਆਪਾਂ ਕਿਹਨੂੰ ਕਹਿ ਸਕਦੇ ਆਂ ਵੀ ਹਾਂਜੀ ਉਹ ਪੂਰੀ ਤਰ੍ਹਾਂ ਤੰਦਰੁਸਤ ਆ ਪੂਰੀ ਤਰ੍ਹਾਂ ਠੀਕ ਆ ਤਾਂ ਸਰੀਰਕ ਤੰਦਰੁਸਤੀ ਵੀ ਜ਼ਰੂਰੀ ਆ ਦਿਮਾਗੀ ਸੰਤੁਲਨ ਦਿਮਾਗੀ ਤੰਦਰੁਸਤੀ ਮੈਂਟਲ ਹੈਲਥ ਬਹੁਤ ਜ਼ਰੂਰੀ ਆ ਸਮਾਜਿਕ ਅਤੇ ਬਿਮਾਰੀ ਤੋਂ ਬਿਨਾ ਸਮਾਜ ਦੇ ਵਿੱਚ ਬਿਮਾਰੀ ਤੋਂ ਬਿਨਾ ਵਿਚਰਨਾ ਵੀ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਜਿਹੜਾ ਆਪਸ਼ਨ ਨੰਬਰ 4 ਆ ਉਪਰੋਕਤ ਸਾਰੇ ਇਹ ਤੁਹਾਡਾ ਸਹੀ ਆਨਸਰ ਹੋਊਗਾ ਸੋ ਇੰਪੋਰਟੈਂਟ ਕੁਐਸਚਨ ਆ ਇਹ ਕਨਫਿਊਜ਼ ਨਹੀਂ ਤੁਸੀਂ ਹੋਣਾ ਠੀਕ ਆ ਇਹਦੇ ਵਿੱਚ 4 ਨੰਬਰ ਆਪਸ਼ਨ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ हां जी 10 ਨੰਬਰ ਤੇ ਕੁਐਸਚਨ ਆ ਕਿ ਚੀਚਕ ਦੇ ਕੀ ਲੱਛਣ ਹਨ অপਸ਼ਨ ਆ ਤੁਹਾਡੇ ਕੋਲ ਨੰਬਰ 1 ਅੱਖਾਂ ਦਾ ਲਾਲ ਹੋਣਾ ਨੰਬਰ 2 ਚਮੜੀ ਤੇ ੱੱਬੇ ਪੈ ਜਾਣੇ ਨੰਬਰ 3 ਬੁਖਾਰ ਚੜਨਾ ਨੰਬਰ 4 ਉਪਰੋਕਤ ਸਾਰੇ ਸੋ ਚੀਚਕ ਦੇ ਜਿਹੜੇ ਲੱਛਣ ਨੇ ਉਹਨਾਂ ਦੇ ਵਿੱਚ ਅੱਖਾਂ ਲਾਲ ਹੋ ਜਾਂਦੀਆਂ ਬੁਖਾਰ ਵੀ ਚੜਦਾ ਤੇ ਚਮੜੀ ਤੇ ਨਿਸ਼ਾਨ ਵੀ ੱੱਬੇ ਵੀ ਪੈਂਦੇ ਆ ਸੋ ਇਸ ਕਰਕੇ 4 ਨੰਬਰ অপਸ਼ਨ ਆ ਜਿਹੜਾ ਉਪਰੋਕਤ ਸਾਰੇ ਇਹ ਤੁਹਾਡਾ ਸਹੀ ਜਵਾਬ ਹੋ ਜਾਊਗਾ ਠੀਕ ਹੈ ਜੀ ਨੈਕਸਟ ਆਪਾਂ ਵਧਦੇ ਹਾਂ ਕੁਐਸਚਨ ਨੰਬਰ 11 ਦੇ ਵੱਲ ਤੇਜ਼ ਠੰਡ ਲੱਗਣਾ ਅਤੇ ਕੰਬਣਾ ਕਿਸ ਕਿਸ ਦੀਆਂ ਨਿਸ਼ਾਨੀਆਂ ਹਨ ਆਪਸ਼ਨ ਇਹ ਤੁਹਾਡੇ ਕੋਲ ਨੰਬਰ 1 ਤੇ ਮਲੇਰੀਏ ਦੀਆਂ ਨੰਬਰ 2 ਤੇ ਰੈਬਸ ਬਿਮਾਰੀ ਦੀਆਂ ਨੰਬਰ 3 ਤੇ ਹੈਜੇ ਦੀਆਂ ਤੇ ਨੰਬਰ 4 ਤੇ ਟਾਈਫਾਇਡ ਦੀਆਂ ਸੋ ਤੇਜ਼ ਠੰਡ ਲੱਗਣਾ ਤੇ ਕੰਬਣਾ ਕਿਸ ਦੀਆਂ ਨਿਸ਼ਾਨੀਆਂ ਨੇ ਇਹਨਾਂ ਦੇ ਵਿੱਚੋਂ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਆ ਉਹ ਹੈਗਾ ਆਪਸ਼ਨ ਨੰਬਰ 1 ਇਹ ਮਲੇਰੀਏ ਦੀਆਂ ਨਿਸ਼ਾਨੀਆਂ ਜਦੋਂ ਮਲੇਰੀਆ ਹੁੰਦਾ ਵਾ ਤਾਂ ਆਪਾਂ ਨੂੰ ਤੇਜ਼ ਠੰਡ ਲੱਗਦੀ ਆ ਅਤੇ ਕੰਬ ਕੰਬਾਂ ਲੱਗਦਾ ਤੇ ਨਾਲ ਫੀਵਰ ਬੁਖਾਰ ਵੀ ਚੜ ਜਾਂਦਾ ਹੈ ਠੀਕ ਹੈ ਜੀ ਵਿਟਾਮਨ ਇਹ ਸਭ ਤੋਂ ਵਧੀਆ ਵਿਟਾਮਿਨ ਦਾ ਸੌਰੀ ਇੱਥੇ ਆਉਣਾ ਸੀਗਾ ਵਿਟਾਮਿਨ ਦਾ ਸਭ ਤੋਂ ਵਧੀਆ ਸਰੋਤ ਹੈ ਸੌਰੀ ਇਹ ਕੁਐਸਚਨ ਚ ਕਨਫਿਊਜ਼ਨ ਹੈ 1 ਮਿੰਟ ਵੇਟ ਕਰੋ ਆਪਾਂ ਕਲੀਅਰ ਕਰਦੇ ਆਂ ਕੁਐਸਚਨ ਕਿੰਦਾ ਸੀ ਇਹ ਹਾਂਜੀ ਇੱਥੇ ਜਿਹੜਾ ਸਹੀ ਆ ਇਹਨੂੰ ਆਪਾਂ ਏ ਨੂੰ ਕੱਢ ਦੇਣਾ ਠੀਕ ਆ ਇੱਥੇ ਆਉਣਾ ਵਾ ਵਿਟਾਮਿਨ ਏ ਠੀਕ ਆ ਤਾਂ ਕੁਐਸਚਨ ਆਪਣਾ ਕੀ ਬਣਨਾ ਕਿ ਵਿਟਾਮਿਨ ਏ ਦਾ ਸਭ ਤੋਂ ਵਧੀਆ ਸਰੋਤ ਹੈ ਇਹਨਾਂ ਦੇ ਵਿੱਚੋਂ ਵਿਟਾਮਿਨ ਏ ਦਾ ਸਭ ਤੋਂ ਵਧੀਆ ਸਰੋਤ ਕਿਹੜਾ ਆਪਸ਼ਨ ਨੇ 1 ਸੰਤਰਾ 2 ਸੇਬ 3 ਆਂਡਾ ਤੇ 4 ਕੇਲਾ ਸੋ ਤੁਹਾਡਾ ਰਾਈਟ ਆਨਸਰ ਹੈਗਾ ਆਂਡਾ ਆਂਡੇ ਦੇ ਵਿੱਚ ਜਿਹੜਾ ਵਿਟਾਮਿਨ ਏ ਹੈ ਇਹ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਸੋ ਕੁਐਸਚਨ ਧਿਆਨ ਨਾਲ ਕਰ ਲਵੋ ਕਿ ਵਿਟਾਮਿਨ ਏ ਦਾ ਸਭ ਤੋਂ ਵਧੀਆ ਸਰੋਤ ਕਿਹੜਾ ਵਾ ਤਾਂ ਉਹ ਹੋ ਜੂਗਾ ਜੀ ਤੁਹਾਡਾ ਐਗ ਠੀਕ ਹੈ ਜੀ ਨੈਕਸਟ ਆਪਾਂ ਕੁਐਸਚਨ ਦੇਖਦੇ ਆ 13 ਨੰਬਰ ਹਾਂਜੀ ਹੇਠਾਂ ਦਿੱਤੇ ਭੋਜਨ ਪਦਾਰਥਾ ਵਿੱਚੋਂ ਕਿਸ ਵਿੱਚ ਫਾਸਫੋਰਸ ਹੁੰਦੀ ਹੈ অপਸ਼ਨ ਤੁਹਾਡੇ ਕੋਲ ਆ ਨੰਬਰ 1 ਅੰਡੇ ਦੀ ਜ਼ਰਦੀ ਨੰਬਰ 2 ਮੀਟ ਨੰਬਰ 3 ਆਂਬ ਨੰਬਰ 4 ਪਿਆਜ਼ ਇਹਨਾਂ ਦੇ ਵਿੱਚੋਂ ਉਹ ਕਿਹੜਾ ਪਦਾਰਥਾ ਜਿਹਦੇ ਵਿੱਚ ਫਾਸਫੋਰਸ ਹੁੰਦੀ ਹੈ ਦੱਸੋ ਜੀ ਹਾਂਜੀ ਤਾਂ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੋਣਾ ਹੈ ਉਹ ਹੈਗਾ ਆਪਸ਼ਨ ਨੰਬਰ A 4 ਪਿਆਜ਼ ਦੇ ਵਿੱਚ ਜਿਹੜੀ ਫਾਸਫੋਰਸ ਉਹ ਭਰਪੂਰ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ 14 ਨੰਬਰ ਤੇ ਕੁਐਸਚਨ ਆ ਰੂਬੇਲਾ ਵਾਇਰਸ ਕਿਸ ਦਾ ਕਾਰਨ ਹੈ ਨੰਬਰ 1 ਚੇਚਕ ਦਾ ਨੰਬਰ 2 ਗਲੇ ਦਾ ਸੋਜਣਾ ਨੰਬਰ 3 ਛੋਟੀ ਮਾਤਾ ਜਾਂ ਨੰਬਰ 4 ਇਹਨਾਂ ਦੇ ਵਿੱਚੋਂ ਕੋਈ ਨਹੀਂ ਸੋ ਰੂਬੇਲਾ ਜਿਹੜਾ ਵਾਇਰਸ ਆ ਇਹ ਕਿਸ ਦਾ ਕਾਰਨ ਹੋ ਸਕਦਾ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਹੋ ਜੂਗਾ ਉਹ ਹੈਗਾ ਜੀ ਇਹ ਚੇਚਕ ਦਾ ਕਾਰਨਾ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਇੰਪੋਰਟੈਂਟ ਕੁਐਸਚਨ ਆ ਸਿਗਰਟ ਪੀਣ ਵਾਲੇ ਆਦਮੀਆਂ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਹੋ ਸਕਦੀ ਆ ਨੰਬਰ 1 ਫੇਫੜਿਆਂ ਦਾ ਕੈਂਸਰ ਨੰਬਰ 2 ਗਲੇ ਦਾ ਕੈਂਸਰ ਨੰਬਰ 3 ਮੂੰਹ ਦਾ ਕੈਂਸਰ ਜਾਂ ਨੰਬਰ 4 ਉਪਰੋਕਤ ਸਾਰੇ ਸੋ ਜਿਹੜਾ ਸਿਗਰਟ ਪੀਣ ਵਾਲਾ ਵਿਅਕਤੀ ਆ ਉਸ ਨੂੰ ਇਹਨਾਂ ਦੇ ਵਿੱਚੋਂ ਕਿਹੜੀ ਬਿਮਾਰੀ ਹੋ ਸਕਦੀ ਆ ਤਾਂ অপশন নাম্বার 4 ਆ ਜਿਹੜਾ ਇਹ ਤੁਹਾਡਾ ਸਹੀ ਜਵਾਬ ਹੋਊਗਾ ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਆ ਜੇਕਰ ਗਲੇ ਦਾ ਕੈਂਸਰ ਮੂੰਹ ਦਾ ਕੈਂਸਰ ਇਹ অপਸ਼ਨ ਆ ਬਨਾਲ ਨਾ ਹੋਣ ਤੇ ਕੱਲਾ ਉੱਥੇ ਹੋਵੇ ਕਿ ਫੇਫੜਿਆਂ ਦਾ ਕੈਂਸਰ ਤਾਂ ਉਹ ਵੀ ਤੁਹਾਡਾ ਰਾਈਟ ਜਵਾਬ ਹੋ ਜਾਊਗਾ ਕਿਉਂਕਿ ਸਭ ਤੋਂ ਜ਼ਿਆਦਾ ਸਿਗਰਟ ਪੀਣ ਵਾਲੇ ਵਿਅਕਤੀਆਂ ਦੇ ਵਿੱਚ ਕੀ ਪਾਇਆ ਜਾਂਦਾ ਵਾ ਫੇਫੜਿਆਂ ਦਾ ਕੈਂਸਰ ਪਾਇਆ ਜਾਂਦਾ ਵਾ ਠੀਕ ਹੈ ਜੀ ਜੇਕਰ ਕਈ ਦਵਾਈਆਂ ਜਿਹੜੀਆਂ ਨੌਜਵਾਨਾਂ ਰਾਹੀਂ ਗੈਰ ਕਾਨੂੰਨੀ ਰੂਪ ਦੇ ਨਾਲ ਵਰਤੀਆਂ ਜਾਂਦੀਆਂ ਹਨ ਉਹ ਹਨ ਕਿਹੜੀਆਂ ਨੇ ਉਹ ਨੰਬਰ 1 ਤੇ ਮੋਰਫਨ ਨੰਬਰ 2 ਤੇ ਗਾਂਜਾ ਨੰਬਰ 3 ਤੇ ਕੋਰੈਕਸ ਤੇ ਨੰਬਰ 4 ਤੇ ਉਪਰੋਕਤ ਸਾਰੇ ਸੋ ਇਹ ਤਿੰਨੋਂ ਹੀ ਜਿਹੜੀਆਂ ਦਵਾਈਆਂ ਨੇ ਇਹ ਨਸ਼ੇ ਦੇ ਰੂਪ ਦੇ ਵਿੱਚ ਜਿਹੜੇ ਨੌਜਵਾਨ ਨੇ ਵਰਤਦੇ ਆ ਤੁਹਾਨੂੰ ਪਤਾ ਹੀ ਹੋਣਾ ਜਿਹੜੀ ਕੋਰੈਕਸ ਆ ਫੈਂਸੀ ਕਹਿ ਦਿੰਦੇ ਆ ਜਿਹਨੂੰ ਸ਼ੀਸ਼ੀ ਹਨਾ ਤੇ ਗਾਂਜਾ ਹੋ ਗਿਆ ਮੋਰਫਨ ਹੋਗੀ ਸੋ ਇਹ ਬਹੁਤ ਜ਼ਿਆਦਾ ਗਲਤ ਗੱਲ ਆ ਕਿ ਉਹ ਇਹਨਾਂ ਨੂੰ ਨਸ਼ੇ ਦੇ ਤੌਰ ਤੇ ਐਸਾ ਡਰੱਗ ਦੇ ਤੌਰ ਤੇ ਵਰਤਦੇ ਨੇ ਸੋ ਇਸ ਕਰਕੇ ਜਿਹੜਾ ਆਪਸ਼ਨ ਨੰਬਰ 4 ਆ ਉਪਰੋਕਤ ਸਾਰੇ ਇਹ ਤਿੰਨੇ ਹੀ ਦਵਾਈਆਂ ਵਰਤਦੇ ਆ ਨੌਜਵਾਨ ਗੈਰਕਾਨੂੰਨੀ ਰੂਪ ਦੇ ਵਿੱਚ ਸੋ ਆਪਸ਼ਨ ਨੰਬਰ 4 ਉਪਰੋਕਤ ਸਾਰੇ ਤੁਹਾਡਾ ਰਾਈਟ ਆਨਸਰ ਹੋ ਜਾਊਗਾ ਹਾਂਜੀ ਵਾਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ ਸੌਰੀ ਮਲ ਦੀ ਜਾਂਚ ਕਿਹੜੀ ਬਿਮਾਰੀ ਵਿੱਚ ਕੀਤੀ ਜਾਂਦੀ ਹੈ ਹਾਂਜੀ ਆਪਸ਼ਨ ਹੈ ਤੁਹਾਡੇ ਕੋਲੇ ਨੰਬਰ 1 ਡੈਸੈਂਟਰੀ ਨੰਬਰ 2 ਭੋਜਨ ਦਾ ਵਿਸ਼ੈਲਾਪਣ ਨੰਬਰ 3 ਜਦੋਂ ਤੇਜ਼ ਦਸਤ ਲੱਗੇ ਹੋਣ ਜਾਂ ਨੰਬਰ 4 ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਆ ਉਹ ਹੋਊਗਾ ਜੀ ਆਪਸ਼ਨ ਨੰਬਰ ਚਾਰ ਇਹਨਾਂ ਸਾਰੀਆਂ ਹੀ ਬਿਮਾਰੀਆਂ ਦੇ ਵਿੱਚ ਮਲ ਦੀ ਜਾਂਚ ਆ ਜਿਹੜੀ ਉਹ ਕੀਤੀ ਜਾਂਦੀ ਹੈ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 18 ਹਾਂਜੀ ਸੌਰੀ ਇਥੇ ਕੇਸੋ ਨਹੀਂ ਕੇਸ ਹੋਣਾ ਸੀਗਾ ਠੀਕ ਹੈ ਕਿਸ ਉਮਰ ਵਿੱਚ ਬੱਚਾ ਮਾਮਾ ਜਾਂ ਦਾਦਾ ਬੋਲ ਸਕਦਾ ਹੈ ਜਾਂ ਉਹ ਮਾਮਾ ਜਾਂ ਦਾਦਾ ਬੋਲਣਾ ਸਟਾਰਟ ਕਰਦਾ ਜਾਂ ਬੋਲਣ ਲੱਗ ਪੈਂਦਾ ਕਿਹੜੀ ਉਮਰ ਦੇ ਵਿੱਚ ਆਪਸ਼ਨ ਨੇ ਨੰਬਰ 1 9 ਮਹੀਨੇ ਵਿੱਚ ਨੰਬਰ 2 12 ਮਹੀਨੇ ਵਿੱਚ ਨੰਬਰ 3 14 ਮਹੀਨੇ ਵਿੱਚ ਤੇ ਨੰਬਰ 4 16 ਮਹੀਨੇ ਵਿੱਚ ਸੋ ਇਹਨਾਂ ਦੇ ਵਿੱਚੋਂ ਕਿਹੜੀ ਉਮਰ ਦੇ ਵਿੱਚ ਬੱਚਾ ਮਾਮਾ ਦਾਦਾ ਬਾਬਾ ਐਦਾਂ ਕਹਿਣ ਲੱਗ ਜਾਂਦਾ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਹੋਊਗਾ ਉਹ ਹੈਗਾ ਆ ਜੀ ਆਪਸ਼ਨ ਨੰਬਰ ਇੱਕ ਜਦੋਂ 9 ਮਹੀਨੇ ਦਾ ਬੱਚਾ ਹੁੰਦਾ ਉਦੋਂ ਥੋੜੀ ਥੋੜੀ ਕੋਸ਼ਿਸ਼ ਕਰਨ ਲੱਗ ਜਾਂਦਾ ਵਾ ਜਿੱਦਾਂ ਮਾਂ ਮਾਂ ਬਾਪਾ ਦਾਦਾ ਕਹਿਣ ਦੀ ਠੀਕ ਹੈ ਜੀ ਨੈਕਸਟ ਹਾਂਜੀ ਕਿਸ ਉਮਰ ਵਿੱਚ ਬੱਚਾ ਚਮਚ ਨਾਲ ਖਾ ਸਕਦਾ ਹੈ ਆਪਸ਼ਨ ਹੈ ਨੰਬਰ 1 15 ਮਹੀਨੇ ਵਿੱਚ ਨੰਬਰ 2 16 ਮਹੀਨੇ ਵਿੱਚ ਨੰਬਰ 3 2 ਸਾਲ ਵਿੱਚ ਜਾਂ ਨੰਬਰ 4 1 ਸਾਲ ਵਿੱਚ ਸੋ ਕਿੰਨੀ ਉਮਰ ਦਾ ਬੱਚਾ ਜਿਹਨੂੰ ਆਪਾਂ ਜੇ ਚਮਚੇ ਨਾਲ ਖਲਾਈਏ ਤਾਂ ਉਹ ਖਾ ਸਕਦਾ ਮਤਲਬ ਖਾਣਾ ਸਟਾਰਟ ਕਰ ਦਿੰਦਾ ਵਾ ਚਮਚੇ ਨਾਲ ਥੋੜੀ ਥੋੜੀ ਚੀਜ਼ ਆ ਜਿਹੜੀ ਹੋ ਉਹ ਖਾਣ ਲੱਗ ਜਾਂਦਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਆ ਜੀ অপਸ਼ਨ ਨੰਬਰ 1 15 ਮਹੀਨੇ ਦਾ ਬੱਚਾ ਚਮਚੇ ਨਾਲ ਖਾਣਾ ਸਟਾਰਟ ਕਰ ਦਿੰਦਾ ਹੈ ਨੈਕਸਟ हां जी किस उम्र ਵਿੱਚ ਬੱਚਾ ਅੱਖਾਂ ਨੂੰ ਕਿਸੇ ਵਸਤੂ ਦੇ ਵੱਲ ਕਮਾ ਸਕਦਾ ਹੈ ਉਹ ਥੋੜਾ ਥੋੜਾ ਫੀਲ ਕਰਨ ਲੱਗ ਜਾਂਦਾ ਵਾ ਜਿੱਦਾਂ ਵੀ ਕੋਈ ਚੀਜ਼ ਪਈ ਆ ਹਨਾ ਇੱਧਰ ਆਪਸ਼ਨ ਆ 1 ਮਹੀਨੇ ਵਿੱਚ ਨੰਬਰ 2 2 ਮਹੀਨੇ ਵਿੱਚ ਨੰਬਰ 3 3 ਮਹੀਨੇ ਵਿੱਚ ਨੰਬਰ 4 4 ਮਹੀਨੇ ਵਿੱਚ ਸੋ ਕਿੰਨੀ ਉਮਰ ਦੇ ਵਿੱਚ ਬੱਚਾ ਅੱਖਾਂ ਨੂੰ ਘਮਾਉਣ ਲੱਗ ਜਾਂਦਾ ਤਾਂ ਤੁਹਾਡਾ ਰਾਈਟ ਆਨਸਰ ਕਿਹੜਾ ਜੀ ਆਪਸ਼ਨ ਨੰਬਰ 2 2 ਮਹੀਨੇ ਵਿੱਚ ਠੀਕ ਹੈ ਨੈਕਸਟ ਆਪਾਂ ਦੇਖਦੇ ਹਾਂ ਅਗਲਾ ਕੁਐਸਚਨ ਕਵੈਸਚਨ ਨੰਬਰ 21 ਕਿਸ ਉਮਰ ਵਿੱਚ ਬੱਚਾ ਮਾਂ ਨੂੰ ਪਹਿਚਾਨਣ ਲੱਗ ਜਾਂਦਾ ਆਪਣੀ ਮਦਰ ਨੂੰ ਪਹਿਚਾਨਣ ਲੱਗ ਜਾਂਦਾ ਆਪਸ਼ਨ ਹੈ ਤੁਹਾਡੇ ਕੋਲੇ ਨੰਬਰ 1 1 ਮਹੀਨੇ ਵਿੱਚ ਨੰਬਰ 2 2 ਮਹੀਨੇ ਵਿੱਚ ਨੰਬਰ 3 3 ਮਹੀਨੇ ਵਿੱਚ ਨੰਬਰ 4 4 ਮਹੀਨੇ ਵਿੱਚ ਸੋ ਕਿਹੜੀ ਉਮਰ ਦੇ ਵਿੱਚ ਬੱਚਾ ਆਪਣੀ ਮਾਤਾ ਨੂੰ ਪਹਿਚਾਨਣ ਲੱਗ ਜਾਂਦਾ ਤਾਂ ਰਾਈਟ ਆਨਸਰ ਕਿਹੜਾ ਹੋਵਾ ਤੁਹਾਡਾ ਰਾਈਟ ਆਨਸਰ ਹੋ ਜੂਗਾ ਜੀ 3 ਮਹੀਨੇ ਦੇ ਵਿੱਚ ਬੱਚਾ ਆਪਣੀ ਮਾਂ ਨੂੰ ਪਛਾਣਨ ਲੱਗ ਜਾਂਦਾ ਹੈ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 22 ਹਾਂਜੀ ਕਿਹਸ ਉਮਰ ਵਿੱਚ ਬੱਚਾ ਬਿਨਾਂ ਸਹਾਰੇ ਤੋਂ ਬੈਠ ਸਕਦਾ ਹੈ ਸੋ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 5 ਮਹੀਨੇ ਵਿੱਚ ਨੰਬਰ 2 8 ਮਹੀਨੇ ਵਿੱਚ ਨੰਬਰ 3 12 ਮਹੀਨੇ ਵਿੱਚ ਤੇ ਨੰਬਰ 4 4 ਮਹੀਨੇ ਵਿੱਚ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਹੋਣਾ ਹੈ ਉਹ ਹੈਗਾ ਬੱਚਾ 8 ਮਹੀਨੇ ਵਿੱਚ ਬਿਨਾ ਸਹਾਰੇ ਤੋਂ ਬੈਠਣ ਲੱਗ ਜਾਂਦਾ ਹੈ ਠੀਕ ਹੈ ਜੀ ਇਹ 2 ਨੰਬਰ ਆਪਸ਼ਨ ਹੋ ਗਿਆ ਤੁਹਾਡਾ ਰਾਈਟ ਆਨਸਰ ਹਾਂਜੀ ਕਿਸੋ ਮਹੀਰ ਵਿੱਚ ਬੱਚਾ ਸਹਾਰੇ ਨਾਲ ਖੜਾ ਹੋ ਸਕਦਾ ਹੈ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 8 ਮਹੀਨੇ ਵਿੱਚ ਨੰਬਰ 2 10 ਮਹੀਨੇ ਵਿੱਚ ਨੰਬਰ 3 12 ਮਹੀਨੇ ਵਿੱਚ ਤੇ ਨੰਬਰ 4 6 ਮਹੀਨੇ ਵਿੱਚ ਹਾਂਜੀ ਕਿਹੜੀ ਉਮਰ ਵਿੱਚ ਜਾ ਕੇ ਬੱਚਾ ਬਿਨਾ ਸਹਾਰੇ ਤੋਂ ਖੜਨ ਲੱਗ ਜਾਂਦਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਵਾ ਆਪਸ਼ਨ ਨੰਬਰ ਹਾਂਜੀ ਆਪਸ਼ਨ ਨੰਬਰ 1 8 ਮਹੀਨੇ ਦਾ ਬੱਚਾ ਹੁੰਦਾ ਜਿਹੜਾ ਉਹ ਸਹਾਰੇ ਨਾਲ ਖੜਨ ਲੱਗ ਜਾਂਦਾ ਸੌਰੀ ਮੇਰੇ ਤੋਂ ਪਹਿਲਾਂ ਬਿਨਾ ਸਹਾਰਾ ਕਿਹਾ ਗਿਆ ਸਹਾਰੇ ਨਾਲ ਯਾਨੀ ਕਿ ਆਪਾਂ ਜਦੋਂ ਫੜਦੇ ਹਾਂ ਥੋੜਾ ਬਹੁਤ ਉਹਨੂੰ ਤਾਂ ਉਹ ਖੜਨ ਲੱਗ ਜਾਂਦਾ 8 ਮਹੀਨੇ ਦਾ ਬੱਚਾ ਪਰ ਉਹ ਪ੍ਰੋਪਰ ਨਹੀਂ ਖੜ ਸਕਦਾ ਫੜ ਕੇ ਥੋੜਾ ਬਹੁਤ ਜਿਵੇਂ ਮਾੜਾ ਮੂਟਾ ਕੁਝ ਬੈੱਡ ਨੂੰ ਫੜ ਲਿਆ ਜਾਂ ਕੁਰਸੀ ਨੂੰ ਫੜ ਲਿਆ ਉਦਾਂ ਥੋੜਾ ਬਹੁਤ ਖੜਾ ਹੋਣ ਲੱਗਦਾ ਵਾ ਹਾਂਜੀ 24 ਨੰਬਰ ਕੁਐਸਚਨ ਆ ਕਿਸ ਉਮਰ ਦਾ ਬੱਚਾ ਬਿਨਾਂ ਸਹਾਰੇ ਤੋਂ ਕੁਝ ਕਦਮ ਚੱਲ ਸਕਦਾ ਹੈ ਆਪਸ਼ਨ ਤੁਹਾਡੇ ਕੋਲ ਆ ਨੰਬਰ 1 12 ਮਹੀਨਿਆਂ ਦਾ ਬੱਚਾ ਨੰਬਰ 2 9 ਮਹੀਨਿਆਂ ਦਾ ਨੰਬਰ 3 15 ਮਹੀਨਿਆਂ ਦਾ ਤੇ ਨੰਬਰ 4 18 ਮਹੀਨਿਆਂ ਦਾ ਸੋ ਕਿਹੜੀ ਉਮਰ ਦਾ ਬੱਚਾ ਜਿਹੜਾ ਕਿ ਬਿਨਾ ਸਹਾਰੇ ਤੋਂ ਕੁਝ ਕਦਮ ਚੱਲ ਸਕਦਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਆ ਜੀ ਆਪਸ਼ਨ ਨੰਬਰ 1 12 ਮਹੀਨੇ ਦਾ ਬੱਚਾ ਹੁੰਦਾ ਜਿਹੜਾ ਉਹ ਬਿਨਾ ਸਹਾਰੇ ਤੋਂ ਕੁਝ ਕਦਮ ਚੱਲ ਸਕਦਾ ਵਾ ਪ੍ਰੋਪਰ ਨਹੀਂ ਚੱਲਣ ਲੱਗਦਾ ਮਤਲਬ 2-4 ਡਿੰਗਾ ਭਰਨੀਆ ਸ਼ੁਰੂ ਕਰ ਦਿੰਦਾ ਹਾਂਜੀ 25 ਨੰਬਰ ਤੇ ਕੋਚ ਨਹੀਂ ਆ ਸਭ ਤੋਂ ਪਹਿਲਾਂ ਕਿਹੜਾ ਸਥਾਈ ਦੰਦ ਆਉਂਦਾ ਸੋ ਜਿਹੜਾ ਸਥਾਈ ਦੰਦ ਹੁੰਦਾ ਵਾ ਜਿਹੜਾ ਸਭ ਤੋਂ ਪਹਿਲਾਂ ਉਹ ਕਿਹੜਾ ਆਉਂਦਾ ਨੰਬਰ 1 ਐਨਾਈਨ ਨੰਬਰ 2 ਮੋਲਰ ਨੰਬਰ 3 ਇਨਸੀਜ਼ਰ ਨੰਬਰ 4 ਪ੍ਰੀਮੋਲਰ ਸੋ ਇਹਨਾਂ ਦੇ ਵਿੱਚੋਂ ਕਿਹੜਾ ਦੰਦ ਆ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਸਥਾਈ ਦੰਦ ਦੀ ਗੱਲ ਕੀਤੀ ਆ ਠੀਕ ਹੈ ਦੁੱਧ ਦਾ ਦੰਦ ਨਹੀਂ ਸਥਾਈ ਦੰਦ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ অপਸ਼ਨ ਨੰਬਰ 2 ਜਿਹੜਾ ਮੋਲਰ ਦੰਦ ਆ ਇਹ ਸਭ ਤੋਂ ਪਹਿਲਾਂ ਆਉਂਦਾ ਹੈ ਨੈਕਸਟ ਹਾਂਜੀ 26 ਨੰਬਰ ਤੇ ਕੁਐਸਚਨ ਆ ਪਹਿਲਾ ਮੋਲਰ ਦੰਦ ਕਿਸ ਉਮਰ ਵਿੱਚ ਆਉਂਦਾ ਹੈ ਤਾਂ অপਸ਼ਨ ਤੁਹਾਡੇ ਕੋਲ ਆ ਨੰਬਰ 1 7 ਸਾਲ ਦੀ ਉਮਰ ਵਿੱਚ ਨੰਬਰ 2 3 ਸਾਲ ਦੀ ਉਮਰ ਵਿੱਚ ਨੰਬਰ 3 6 ਸਾਲ ਦੀ ਉਮਰ ਵਿੱਚ ਨੰਬਰ 4 5 ਸਾਲ ਦੀ ਉਮਰ ਵਿੱਚ ਸੋ ਸਭ ਤੋਂ ਪਹਿਲਾਂ ਜਿਹੜਾ ਮੂਲਰ ਦੰਦ ਆ ਉਹ ਕਿੰਨੇ ਸਾਲ ਦੀ ਉਮਰ ਦੇ ਵਿੱਚ ਆਉਂਦਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਜੀ ਉਹ ਹੈਗਾ অপਸ਼ਨ ਨੰਬਰ 3 6 ਸਾਲ ਦੀ ਉਮਰ ਦੇ ਵਿੱਚ ਇਹ ਜਿਹੜਾ ਦੰਦ ਆ ਇਹ ਆ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਆਪਣਾ ਆ ਗਿਆ ਅ ਦੁੱਧ ਅੰਡੇ ਅਤੇ ਹਰੀਆਂ ਸਬਜ਼ੀਆਂ ਵਿੱਚ ਮੌਜੂਦ ਹੁੰਦਾ ਹੈ ਸੋ ਦੁੱਧ ਅੰਡੇ ਹਰੀਆਂ ਸਬਜ਼ੀਆਂ ਇਹਨਾਂ ਦੇ ਵਿੱਚ ਕੀ ਮੌਜੂਦ ਹੁੰਦਾ ਆਪਸ਼ਨ ਹੈ ਤੁਹਾਡੇ ਕੋਲ ਨੰਬਰ 1 ਪੋਟਾਸ਼ੀਅਮ ਨੰਬਰ 2 ਕੈਲਸ਼ੀਅਮ ਨੰਬਰ 3 ਆਇਓਡੀਨ ਨੰਬਰ 4 ਉਪਰੋਕਤ ਸਾਰੇ ਸੋ ਇੱਥੇ ਕਨਫਿਊਜ਼ ਨਹੀਂ ਹੋਣਾ ਉਪਰੋਕਤ ਸਾਰੇ ਨਹੀਂ ਕਰ ਦੇਣਾ ਹੈਗਾ ਇਹਨਾਂ ਦੇ ਵਿੱਚ ਸਭ ਤੋਂ ਵੱਧ ਆਇਓਡੀਨ ਮੌਜੂਦ ਹੁੰਦਾ ਹੈ ਠੀਕ ਹੈ ਜੀ ਤੇ ਨਾਲੇ ਇੱਕ ਹੋਰ ਕੁਐਸਚਨ ਆ کافی ਕਮੈਂਟ ਆ ਰਹੇ ਸੀਗੇ ਇੱਕ ਪਾਲਕ ਦੇ ਨਾਲ ਰਿਲੇਟਡ ਕਿ ਪਾਲਕ ਵਿੱਚ ਸਭ ਤੋਂ ਜ਼ਿਆਦਾ ਕੀ ਪਾਇਆ ਜਾਂਦਾ ਵਾ ਤਾਂ ਜਿਹੜੀ ਪਾਲਕ ਹੁੰਦੀ ਹੈ ਨਾ ਪਾਲਕ ਦੇ ਵਿੱਚ ਸਭ ਤੋਂ ਜ਼ਿਆਦਾ ਲੋਹਾ ਪਾਇਆ ਜਾਂਦਾ ਵਾ ਠੀਕ ਹੈ ਜੀ ਤੇ ਲੋਹੇ ਨੂੰ ਹੁਣ ਕਈ ਥਾਵਾਂ ਤੇ ਆਇਰਨ ਵੀ ਲਿਖਿਆ ਹੁੰਦਾ ਇਹ ਤੁਸੀਂ ਧਿਆਨ ਰੱਖਣਾ ਵਾ ਆਇਰਨ ਵੀ ਲਿਖਿਆ ਹੁੰਦਾ ਤੇ ਲੋਹਾ ਹੀ ਕੋਈ ਨਹੀਂ ਤੇ ਜੇ ਕੁਐਸਚਨ ਆਉਂਦਾ ਕਿ ਪਾਲਕ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਕੀ ਹੁੰਦਾ ਵਾ ਤਾਂ ਲੋਹਾ ਜਾਂ ਆਇਰਨ ਪਾਇਆ ਜਾਂਦਾ ਤੇ ਜੇ ਕੁਐਸਚਨ ਆਉਂਦਾ ਵੀ ਸਭ ਤੋਂ ਜ਼ਿਆਦਾ ਆਇਰਨ ਕਿਹਦੇ ਵਿੱਚ ਪਾਇਆ ਜਾਂਦਾ ਤਾਂ ਰਾਈਟ ਆਨਸਰ ਹੋਊ ਪਾਲਕ ਸੋ ਐਂ ਘਮਾ ਫਰਾ ਕੇ ਜੇ ਕੁਐਸਚਨ ਆਉਦੇ ਹੁੰਦੇ ਆ ਉਹ ਘਮਾਉਣ ਕਮਾ ਕੇ ਜੇ ਪੁੱਛ ਲੈਂਦੇ ਆ ਉਹ ਪੇਪਰ ਦੇ ਵਿੱਚ ਠੀਕ ਆ ਸੋ ਨੈਕਸਟ ਆਪਾਂ ਦੇਖਦੇ ਆਂ ਕੁਐਸਚਨ ਨੰਬਰ 28 28 ਸ਼ਿਕਰਾਨੂ ਦਾ ਆਕਾਰ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਕੋਲ ਆ 1 ਨੰਬਰ 0.0005 ਮਿਲੀਮੀਟਰ ਨੰਬਰ 2 mm, mm, 0.05 ਮਿਲੀਮੀਟਰ ਨੰਬਰ 3 0.5 ਮਿਲੀਮੀਟਰ ਨੰਬਰ 4 0.005 ਮਿਲੀਮੀਟਰ ਸ਼ੁਕਰਾਨੂ ਦਾ ਆਕਾਰ ਕੀ ਹੁੰਦਾ ਇਹਨਾਂ ਦੇ ਵਿੱਚੋਂ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੋਣਾ ਵਾ ਉਹ ਹੈਗਾ ਆ ਜੀ অপਸ਼ਨ ਨੰਬਰ 2 0.05 ਮਿਲੀਮੀਟਰ ਸ਼ੁਕਰਾਨੂ ਦਾ ਆਕਾਰ ਹੁੰਦਾ ਹੈ ਠੀਕ ਹੈ ਜੀ ਨੈਕਸਟ ਆਪਾਂ ਦੇਖਦੇ ਆ 29 ਨੰਬਰ ਕੁਐਸਚਨ ਹਾਂਜੀ ਕਿਸ ਵਿਟਾਮਿਨ ਦੀ ਕਮੀ ਨਾਲ ਮਸੂੜਿਆਂ ਤੋਂ ਲਹੂ ਵਗਦਾ ਹੈ ਤਾਂ ਆਪਸ਼ਨ ਇਹ ਤੁਹਾਡੇ ਕੋਲ ਨੰਬਰ 1 ਵਿਟਾਮਿਨ A ਨੰਬਰ 2 ਵਿਟਾਮਿਨ B ਨੰਬਰ 3 ਵਿਟਾਮਿਨ C ਤੇ ਨੰਬਰ 4 ਵਿਟਾਮਿਨ D ਸੋ ਕਿਹੜੇ ਵਿਟਾਮਿਨ ਦੀ ਕਮੀ ਨਾਲ ਮਸੂੜਿਆਂ ਤੋਂ ਲਹੂ ਵਗਦਾ ਵਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੋਊਗਾ ਉਹ ਹੈਗਾ ਆਪਸ਼ਨ ਨੰਬਰ 3 ਵਿਟਾਮਿਨ C ਸੋ ਹੁਣ ਇੱਕ ਪੁਆਇੰਟ ਹੋਰ ਆ ਕਿ ਵਿਟਾਮਿਨ C ਕਿਹੜੇ ਫਲਾਂ ਤੋਂ ਜ਼ਿਆਦਾ ਮਿਲਦਾ ਜਾਂ ਕਿੱਥੋਂ ਜ਼ਿਆਦਾ ਮਿਲਦਾ ਜਿਹੜਾ ਵਿਟਾਮਿਨ ਸੀ ਆ ਇਹ ਖੱਟੇ ਫਲਾਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ ਖੱਟੇ ਫਲ ਕਿਹੜੇ ਆ ਜਿਵੇਂ ਕਿ ਸੰਤਰਾ ਕਿਨੂ ਆਪਣੇ ਨਿੰਬੂ ਆਪਣੇ ਆਮਲਾ ਜੀ ਮਤਲਬ ਜਿਨ੍ਹਾਂ ਚ ਖਟਿਆਈ ਵੱਧ ਹੁੰਦੀ ਆ ਹਨਾ ਉਹਨਾਂ ਦੇ ਵਿੱਚ ਵਿਟਾਮਿਨ ਸੀ ਆ ਜਿਹੜਾ ਉਹ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਵਾ ਨੈਕਸਟ ਕੁਐਸਚਨ ਹਾਂਜੀ 3 ਨੰਬਰ ਕੁਐਸਚਨ ਆ ਔਰਤ ਜਨਨ ਤੰਤਰ ਵਿੱਚ ਟੀਵੀ ਕਿੱਥੋਂ ਫੈਲਦੀ ਹੈ ਤਾਂ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਫੇਫੜਿਆਂ ਤੋਂ ਨੰਬਰ 2 ਲਿਫ ਨੋਡ ਤੋਂ ਨੰਬਰ 3 ਪਸ਼ਾਬ ਦੇ ਰਸਤੇ ਤੋਂ ਤੇ ਨੰਬਰ 4 ਉਪਰੋਕਤ ਸਾਰੇ ਠੀਕ ਹੈ ਜੀ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਆ ਉਹ ਹੈਗਾ ਔਰਤ ਜਨਨ ਤੰਤਰ ਵਿੱਚ ਟੀਵੀ ਕਿੱਥੋਂ ਫੈਲਦੀ ਆ ਤਾਂ ਇਹਨਾਂ ਤਿੰਨਾਂ ਤਾਮਾ ਤੋਂ ਹੀ ਜਿਹੜੀ ਟੀਵੀ ਆ ਉਹ ਫੈਲਦੀ ਆ ਸੋ ਇਸ ਕਰਕੇ 4 ਨੰਬਰ ਆਪਸ਼ਨ ਉਪਰੋਕਤ ਸਾਰੇ ਤੁਹਾਡਾ ਸਹੀ ਜਵਾਬ ਹੋਵੇਗਾ। ਬਵ ਵਿਆਪਕ ਦਾਤਾ ਖੂਨ ਦਾਤਾ ਸਮੂਹ ਕਿਹੜਾ ਹੈ? ਉਹ ਬਲੱਡ ਗਰੁੱਪ ਜਿਹੜਾ ਆਪਾਂ ਸਾਰਿਆਂ ਨੂੰ ਖੂਨ ਦੇ ਸਕਦਾ ਵਾ ਠੀਕ ਹੈ ਜੀ। ਤਾਂ ਕਿਹੜਾ ਬਾਹੋ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਤੇ ਉਹ ਨੰਬਰ 2 ਤੇ A ਨੰਬਰ 3 B ਤੇ ਨੰਬਰ 4 AB ਠੀਕ ਹੈ ਜੀ ਸੋ ਇਹਨਾਂ ਦੇ ਵਿੱਚੋਂ ਕਿਹੜਾ ਬਲੱਡ ਗਰੁੱਪ ਆ ਜਿਹੜਾ ਸਰਵ ਵਿਆਪਕ ਦਾਤਾ ਵਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੋਊਗਾ ਕਿਹੜਾ ਹੋਊਗਾ ਲਿਖੋ ਫਿਰ ਛੇਤੀ ਛੇਤੀ ਕਮੈਂਟ ਸੈਕਸ਼ਨ ਦੇ ਵਿੱਚ ਦੇਖਦੇ ਆ ਕਿੰਨੇ ਸਹੀ ਉੱਤਰ ਦਿੰਦੇ ਆ ਹਾਂਜੀ ਇਹਦਾ ਰਾਈਟ ਆਨਸਰ ਹੋ ਗਿਆ ਜੀ অপਸ਼ਨ ਨੰਬਰ 1 ਜਿਹੜਾ O ਬਲੱਡ ਗਰੁੱਪ ਆ ਇਹ ਸਰਵ ਵਿਆਪਕ ਦਾਤਾ ਵਾ ਠੀਕ ਹੈ ਇਨ ਨੂੰ ਸਰਵ ਵਿਆਪਕ ਦਾਤਾ ਕਿਹਾ ਜਾਂਦਾ ਵਾ ਨੈਕਸਟ ਹਾਂਜੀ ਸਰਵ ਵਿਆਪਕ ਗ੍ਰਾਹੀ ਖੂਨ ਸਮੂਹ ਹੈ ਹਾਂਜੀ ਉਹ ਬਲੱਡ ਗਰੁੱਪ ਜਿਹੜਾ ਸਾਰਿਆਂ ਤੋਂ ਖੂਨ ਲੈ ਸਕਦਾ ਵਾ ਠੀਕ ਹੈ ਕਿਹੜਾ ਹੁੰਦਾ ਵਾ ਸੋ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਇੱਕ ਕੁਐਸਚਨ ਈਜ਼ੀ ਨੇ ਜਿੱਦਾਂ ਇੱਥੇ ਲਿਖਿਆ ਸਰਬ ਵਿਆਪਕ ਗ੍ਰਾਹੀ ਜਿਹੜਾ ਗ੍ਰਹਿਣ ਕਰਦਾ ਵਾ ਸਾਰਿਆਂ ਤੋਂ ਠੀਕ ਆ ਤਾਂ ਆਪਸ਼ਨ ਨੇ 1 ਨੰਬਰ ਤੇ o 2 ਤੇ a 3 ਤੇ b ਤੇ 4 ਤੇ ab ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਆ ਰਾਈਟ ਆਨਸਰ ਆ ਉਹ ਕਿਹੜਾ ਹੋਊਗਾ ਦੱਸੋ ਜੀ ਹਾਂਜੀ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਆ ਉਹ ਹੈਗਾ ਆਪਸ਼ਨ ਨੰਬਰ 4 ਜਿਹੜਾ AB ਆ ਇਹ ਸਾਰਿਆਂ ਤੋਂ ਬਲੱਡ ਲੈ ਸਕਦਾ ਤੇ ਜਿਹੜਾ O ਆ ਉਹ ਸਾਰਿਆਂ ਨੂੰ ਬਲੱਡ ਦੇ ਸਕਦਾ ਵਾ ਠੀਕ ਹੈ ਜੀ ਨੈਕਸਟ ਆਪਾਂ ਦੇਖਦੇ ਆ ਅਗਲਾ ਕੁਐਸਚਨ ਨੰਬਰ 3 ਹਾਂਜੀ ਮਨੁੱਖੀ ਸਰੀਰ ਦੇ ਲਈ ਬਹੁਤ ਜ਼ਰੂਰੀ ਅਮੀਨੋ ਐਸਿਡ ਦੀ ਗਿਣਤੀ ਹੁੰਦੀ ਹੈ ਸੋ ਕਿੰਨੇ ਅਮੀਨੋ ਐਸਿਡ ਦੀ ਗਿਣਤੀ ਆ ਉਹ ਕਿੰਨੇ ਅਮੀਨੋ ਐਸਿਡ ਨੇ ਜਿਹੜੇ ਮਨੁੱਖੀ ਸਰੀਰ ਦੇ ਲਈ ਬਹੁਤ ਜ਼ਰੂਰੀ ਆ ਨੰਬਰ 1 ਤੇ 10 2 ਤੇ 8 3 ਤੇ 12 ਤੇ 4 ਤੇ 16 ਸੋ ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ ਤੁਹਾਡਾ ਰਾਈਟ ਆਨਸਰ ਹੋ ਸਕਦਾ ਵਾ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਆ ਉਹ ਹੈਗਾ ਆ অপਸ਼ਨ ਨੰਬਰ 2 ਯਾਨੀ ਕਿ 8 ਅਮੀਨੋ ਐਸਿਡ ਨੇ ਜਿਨ੍ਹਾਂ ਦੀ ਮਨੁੱਖੀ ਸਰੀਰ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਨੈਕਸਟ ਕਿਹੜੇ ਕਿਹੜੇ ਅਮੀਨੋ ਐਸਿਡ ਨੇ ਵੀ ਆਪਾਂ ਇੱਕ ਅਦੀ ਵੀਡੀਓ ਦੇ ਵਿੱਚ ਅੱਗੇ ਜਾ ਕੇ ਕਲੀਅਰ ਕਰ ਦਵਾਂਗੇ ਬਾਕੀ ਕਾਫੀ ਸਾਰੇ ਬੱਚੇ एमपीएचडब्ल्यू ਦੇ ਐਗਜ਼ਾਮ ਦੀ ਡੇਟ ਪੁੱਛ ਰਹੇ ਨੇ ਸੋ ਡੇਟ ਹਲੇ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹੈਗਾ ਪੇਪਰ ਦੇ ਸੰਬੰਧ ਦੇ ਵਿੱਚ ਜਿੱਦਾਂ ਹੀ ਕੋਈ ਨੋਟੀਫਿਕੇਸ਼ਨ ਆਉਂਦਾ ਆਪਾਂ ਤੁਹਾਨੂੰ ਅਪਡੇਟ ਦੇ ਦਵਾਂਗੇ ਬਾਕੀ ਉਮੀਦ ਆ ਕਿ ਨੈਕਸਟ ਜਨਵਰੀ ਦੇ ਮਹੀਨੇ ਦੇ ਵਿੱਚ ਪੇਪਰ ਹੋਣ ਦੇ ਪੂਰੇ ਪੂਰੇ ਚਾਂਸ ਨੇ ਕਿਉਂਕਿ ਦਸੰਬਰ ਤਾਂ ਹੁਣ ਲੰਘ ਚੁੱਕਿਆ ਵਾ ਠੀਕ ਹੈ ਜੀ ਅੱਜ 26 ਤਰੀਕ ਹੋ ਚੁੱਕੀ ਆ ਸੋ ਇਸ ਹਫਤੇ ਤਾਂ ਪੇਪਰ ਹੋ ਰਹੀ ਹੋਣ ਦੇ ਚਾਂਸ ਹੈ ਨਹੀਂਗੇ ਕਿਉਂਕਿ ਐਡਮਿਟ ਕਾਰਡ ਵੀ ਆਉਣੇ ਨੇ ਸੋ ਜਨਵਰੀ ਦੇ ਵਿੱਚ ਐਗਜ਼ਾਮ ਹੋਊਗਾ ਸੋ ਤੁਹਾਡੇ ਕੋ ਥੋੜੇ ਦਿਨ ਹੋਰ ਮਿਲ ਜਾਣੇ ਆ ਤਿਆਰੀ ਆਪਣੀ ਪੱਕੀ ਕਰਦੇ ਜਾਓ ਤੇ ਆਪਾਂ ਵੀ ਕੋਸ਼ਿਸ਼ ਕਰ ਰਹੇ ਆ ਜਿਹੜੇ ਇੰਪੋਰਟੈਂਟ ਕੁਐਸਚਨ ਆ ਉਹ ਸਾਰੇ ਤੁਹਾਡੇ ਤੱਕ ਲੈ ਕੇ ਆਈਏ ਹਾਂਜੀ 4 ਨੰਬਰ ਦੇ ਕੁਐਸਚਨ ਆ ਮੋਸਟ ਇੰਪੋਰਟੈਂਟ ਕੁਐਸਚਨ ਆ ਇਹ ਠੀਕ ਹੈ ਉਹ ਸੌਰੀ ਸਕਰੀਨ ਹਿੱਲ ਗਈ ਇੱਕ ਮਿੰਟ ਹਾਂਜੀ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਤੇ ਕੁਐਸਚਨ ਕਿਹੜਾ ਵਾ ਹਰੇਕ ਧੜਕਣ ਦੀਆਂ ਗਤੀਵਿਧੀਆਂ ਦੇ ਚੱਕਰ ਵਿੱਚ ਕਿੰਨਾ ਸਮਾਂ ਲੱਗਦਾ ਹੈ ਹਾਂਜੀ ਤਾਂ ਆਪਸ਼ਨ ਇਹ ਆ ਤੁਹਾਡੇ ਕੋਲ ਨੰਬਰ 1 0 ਤੋਂ 4 ਸੈਕਿੰਡ ਨੰਬਰ 2 0 ਤੋਂ 6 ਸੈਕਿੰਡ ਨੰਬਰ 3 0 ਤੋਂ 8 ਸੈਕਿੰਡ ਅਤੇ ਨੰਬਰ 4 0 ਤੋਂ 2 ਸੈਕਿੰਡ ਸੋ ਇਸ ਦਾ ਰਾਈਟ ਆਨਸਰ ਕਿਹੜਾ ਹੋਊਗਾ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ 0.2 ਸੈਕਿੰਡ ਦਾ ਸਮਾਂ ਲੱਗਦਾ ਠੀਕ ਹੈ ਜੀ ਧੜਕਣ ਦੀਆਂ ਗਤੀਵਿਧੀਆਂ ਦੇ ਚੱਕਰ ਵਿੱਚ ਨੈਕਸਟ ਆਪਾਂ ਦੇਖ ਲੈਨੇ ਆ 5 ਨੰਬਰ ਤੇ ਕੁਐਸਚਨ ਹਾਂਜੀ ਮਨੁੱਖੀ ਦਿਲ ਦੇ ਆਰਟੀਕਲਸ ਸੁੰਘਣ ਵਿੱਚ ਕਿੰਨਾ ਸਮਾਂ ਲੱਗਦਾ ਏ ਵੀ ਇੰਪੋਰਟੈਂਟ ਕੁਐਸਚਨ ਨੰਬਰ 1 0.1 ਸੈਕਿੰਡ ਨੰਬਰ 2 0.3 ਸੈਕਿੰਡ ਨੰਬਰ 4 0.4 ਸੈਕਿੰਡ ਤੇ ਨੰਬਰ 4 0.8 ਸੈਕਿੰਡ ਸੋ ਕਿੰਨਾ ਸਮਾਂ ਲੱਗਦਾ ਵਾ ਮਨੁੱਖੀ ਦਿਲ ਦੇ ਜਿਹੜੇ ਆਰਟੀਕਲਸ ਹੁੰਦੇ ਆ ਉਹਨਾਂ ਨੂੰ ਸੁੰਘਣ ਲਈ ਤਾਂ ਸਹੀ ਜਵਾਬ ਆ 0.1 ਸੈਕਿੰਡ অপਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ ਨੈਕਸਟ ਹਾਂਜੀ 6 ਨੰਬਰ ਤੇ ਕੁਐਸਚਨ ਆਪਾਂ ਦੇਖਦੇ ਆਂ ਉਹ ਜੋੜ ਜਿਸ ਵਿੱਚ ਇੱਕ ਹੱਡੀ ਦੂਸਰੀ ਹੱਡੀ ਦੇ ਉੱਪਰ ਘੁੰਮਦੀ ਹੈ ਉਹਨੂੰ ਉਹ ਜੋੜ ਨੂੰ ਕਿਹੜਾ ਜੋੜ ਕਿਹਾ ਜਾਂਦਾ ਨੰਬਰ 1 ਹਿੰਜ ਜੋੜ ਨੰਬਰ 2 ਪਲੇਨ ਜੋੜ ਨੰਬਰ 3 ਕਮਾਉਦਾਰ ਜੋੜ ਤੇ ਨੰਬਰ 4 ਕੌਂਡਾਈਲਰ ਜੋੜ ਸੋ ਕਿਹੜਾ ਜੋੜ ਕਿਹਾ ਜਾਂਦਾ ਜਿਹੜੇ ਜੋੜ ਵਿੱਚ ਹੱਡੀ ਇੱਕ ਹੱਡੀ ਦੇ ਤੋਂ ਦੂਸਰੀ ਹੱਡੀ ਦੇ ਉੱਪਰ ਘੁੰਮਦੀ ਆ ਤਾਂ ਤੁਹਾਡਾ ਰਾਈਟ ਆਨਸਰ ਕਿਹੜਾ ਹੋਊਗਾ ਜੀ ਦੇਖਦੇ ਆ ਕਿੰਨੇ ਬੱਚੇ ਸਹੀ ਜਵਾਬ ਦਿੰਦੇ ਆ ਤਾਂ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਆ ਤੁਹਾਡਾ ਉਹ ਹੈਗਾ ਆਪਸ਼ਨ ਨੰਬਰ 3 ਕਮਾਉਦਾਰ ਜੋੜ ਉਸ ਜੋੜ ਨੂੰ ਕਮਾਉਦਾਰ ਜੋੜ ਕਿਹਾ ਜਾਂਦਾ ਹੈ 7 ਨੰਬਰ ਕੁਐਸਚਨ ਤੇ ਇੰਪੋਰਟੈਂਟ ਕੁਐਸਚਨ ਹੈ ਕਿ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਜੋੜ ਕਿਹੜਾ ਹੁੰਦਾ ਵਾ ਨੰਬਰ 1 ਪੈਰ ਦਾ ਜੋੜ ਨੰਬਰ 2 ਗੋਡੇ ਦਾ ਜੋੜ ਨੰਬਰ 3 ਸਿਰ ਦਾ ਜੋੜ ਤੇ ਨੰਬਰ 4 ਬਾਹਾਂ ਦਾ ਜੋੜ ਸੋ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਕਾਫੀ ਬੱਚੇ ਪੈਰ ਦਾ ਜੋੜ ਸਮਝ ਜਾਂਦੇ ਆ ਉਹ ਰੋਂਗ ਆਨਸਰ ਆ ਜਾਂਦ ਕੇ ਜਿਹੜਾ ਗੋਡੇ ਦਾ ਜੋੜ ਹੁੰਦਾ ਵਾ ਇਹ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਜੋੜ ਹੁੰਦਾ ਇਸ ਕਰਕੇ অপਸ਼ਨ ਨੰਬਰ 2 ਤੁਹਾਡਾ ਰਾਈਟ ਆਨਸਰ ਹੋਵੇਗਾ ਨੈਕਸਟ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਕਿਹੜਾ ਹੁੰਦਾ ਲਓ ਜੀ ਇਹ ਕੁਐਸਚਨ ਹੈ ਜਿਹੜਾ ਇਹ ਵੈਰੀ ਇੰਪੋਰਟੈਂਟ ਕੁਐਸਚਨ ਆ ਠੀਕ ਆ ਪਿਛਲੇ ਸਾਲਾਂ ਦੇ ਵਿੱਚ ਇਹ MPHW ਦੇ ANM ਦੇ ਤੇ ਵਾਰਡ اٹینڈੈਂਟ ਦਾ ਪੇਪਰ ਹੋਇਆ ਸੀ ਉਹਨਾਂ ਸਾਰਿਆਂ ਦੇ ਵਿੱਚ ਇੱਕ ਕੁਐਸਚਨ ਪੁੱਛਿਆ ਗਿਆ ਸੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਕਿਹੜਾ ਹੁੰਦਾ ਇਹਦੇ 'ਚ ਕਨਫਿਊਜ਼ ਜਵਾਗ ਪਤਾ ਕਿਵੇਂ ਹੁੰਦੇ ਆ ਇਹ 'ਚ ਸੇਰੇਬਰਮ ਇੱਕ ਇੱਕ ਸੇਰੇਬੈਲਮ ਸੋ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਦਿਮਾਗ ਦਾ ਜਿਹੜਾ ਸਭ ਤੋਂ ਵੱਡਾ ਹਿੱਸਾ ਉਹ ਹੈਗਾ ਆਪਸ਼ਨ ਨੰਬਰ 1 ਉਹ ਸੈਰੇਬਰਮ ਠੀਕ ਆ ਸੈਰੇਬਰਮ ਨੂੰ ਯਾਦ ਰੱਖਣਾ ਜਿਹੜਾ ਸੈਰੇਬਰਮ ਇਹ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਨਹੀਂ ਹੈਗਾ ਸਭ ਤੋਂ ਵੱਡਾ ਹਿੱਸਾ ਹੈਗਾ ਸੈਰੇਬਰਮ ਠੀਕ ਹੈ ਇਹਦੇ ਤੇ ਆਪਾਂ ਟਿੱਕਾ ਕਰ ਦੇਣਾ ਵਾ ਜੇ ਪੁੱਛਿਆ ਜਾਵੇ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਠੀਕ ਆ ਇਹਨੂੰ ਨੋਟ ਕਰ ਲਓ ਧਿਆਨ ਨਾਲ ਨੈਕਸਟ 9 ਨੰਬਰ ਤੇ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਏਡਜ਼ ਦਾ ਪ੍ਰਸਾਰ ਕਿਸ ਤਰ੍ਹਾਂ ਹੁੰਦਾ ਵਾ ਆਪਸ਼ਨ ਨੇ ਯੌਨ ਸੰਚਾਰ ਦੁਆਰਾ ਨੰਬਰ 2 ਖੂਨ ਸੰਚਾਰ ਦੁਆਰਾ ਨੰਬਰ 3 ਗਰਭ ਵਿੱਚ ਸੰਚਾਰ ਤੇ ਨੰਬਰ 4 ਉਪਰੋਕਤ ਸਾਰੇ ਹਾਂਜੀ ਜਿਹੜੇ ਯੌਨ ਸੰਚਾਰ ਆ ਜਿਵੇਂ ਇੱਕ ਇੱਕ ਅਪਰ ਇੱਕ ਤੋਂ ਲੈ ਕੇ ਵੱਧ ਮਤਲਬ ਨਾ ਵੱਧ ਜਣਿਆਂ ਨਾਲ ਜਿਹੜੇ ਫਿਜ਼ੀਕਲ ਰਿਲੇਸ਼ਨ ਬਣਦੇ ਆ ਹਨਾ ਵਿਦਆਊਟ ਹਨਾ ਪ੍ਰੋਟੈਕਸ਼ਨ ਯੂਜ਼ ਕਰੇ ਉਸ ਤਰ੍ਹਾਂ ਵੀ ਏਡਸ ਫੈਲਦੀ ਆ ਨੰਬਰ 2 ਤੇ ਖੂਨ ਸੰਚਾਰ ਦੁਆਰਾ ਵੀ ਹੋ ਜਾਂਦੀ ਹੈ ਜਿਵੇਂ ਅਲੱਗ ਖੂਨ ਚੜ ਗਿਆ ਬਲੱਡ ਤੇ ਨੰਬਰ 3 ਗਰਭ ਵਿੱਚ ਸੰਚਾਰ ਦੁਆਰਾ ਜਿੱਦਾਂ ਕਿਸੇ ਪ੍ਰੈਗਨੈਂਟ ਲੇਡੀ ਨੂੰ ਆਦਾ ਉਹ ਤੋਂ ਫਿਰ ਉਹਦੇ ਹੋਣ ਵਾਲੇ ਜਿਹੜਾ ਬੱਚਾ ਵਾ ਉਹਨੂੰ ਵੀ ਹੋ ਸਕਦਾ ਵਾ ਤੇ ਚਾਰ ਨੰਬਰ ਆਪਸ਼ਨ ਉਪਰੋਕਤ ਸਾਰੇ ਸੋ ਇਸ ਕਰਕੇ ਜਿਹੜਾ ਚਾਰ ਨੰਬਰ ਆਪਸ਼ਨ ਹੈ ਉਪਰੋਕਤ ਸਾਰੇ ਇਹ ਤੁਹਾਡਾ ਰਾਈਟ ਆਨਸਰ ਹੋ ਜਾਊਗਾ ਠੀਕ ਹੈ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 10 ਹਾਂਜੀ ਹੇਠ ਲਿਖਿਆਂ ਵਿੱਚੋਂ ਬੱਚੇਦਾਨੀ ਦਾ ਕੰਮ ਹੁੰਦਾ ਹੈ ਨੰਬਰ 1 ਡੰਬ ਗ੍ਰਹਿਣ ਕਰਨਾ ਨੰਬਰ 2 ਗਰਭ ਉਤਾਰਨ ਵਿੱਚ ਮਦਦ ਕਰਨਾ ਨੰਬਰ 3 ਭਰੂਣ ਬਣਾਉਣਾ ਤੇ ਨੰਬਰ 4 ਉਪਰੋਕਤ ਸਾਰੇ ਸੋ ਹੇਠ ਲਿਖਿਆਂ ਵਿੱਚੋਂ ਬੱਚੇਦਾਨੀ ਦੇ ਇਹ ਤਿੰਨੇ ਜਿਹੜੇ ਕੰਮ ਨੇ ਇਹ ਤਿੰਨੋਂ ਕੰਮ ਬੱਚੇਦਾਨੀ ਦੇ ਹੁੰਦੇ ਆ ਡੰਬ ਗ੍ਰਹਿਣ ਕਰਨਾ ਗਰਭ ਉਤਾਰਨ ਵਿੱਚ ਮਦਦ ਕਰਨਾ ਅਤੇ ਭਰੂਣ ਬਣਾਉਣਾ ਇਸ ਕਰਕੇ ਜਿਹੜਾ 4 ਨੰਬਰ ਆਪਸ਼ਨ ਆਪਣਾ ਉਪਰੋਕਤ ਸਾਰੇ ਇਹ ਸਾਰੇ ਹੀ ਬੱਚੇਦਾਨੀ ਦੇ ਕੰਮ ਨੇ ਸੋ so, 4 ਨੰਬਰ ਆਪਸ਼ਨ ਇਜ਼ ਦਾ ਰਾਈਟ ਆਨਸਰ ਹਾਂਜੀ ਸੋ ਇਸ ਦੇ ਨਾਲ ਹੀ ਆਪਣੀ ਜਿਹੜੀ ਅੱਜ ਦੀ ਇਹ ਵੀਡੀਓ ਹੈ ਸਮਾਪਤ ਹੁੰਦੀ ਆ ਮਿਲਦੇ ਆ ਫਿਰ ਨੈਕਸਟ ਵੀਡੀਓ 'ਚ ਨਵੇਂ ਨਵੇਂ ਹੋਰ ਇੰਪੋਰਟੈਂਟ ਕੁਐਸਚਨਸ ਲੈ ਕੇ ਸੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਵੀਡੀਓਜ਼ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਅੱਗੇ ਵੱਧ ਤੋਂ ਵੱਧ ਬੱਚਿਆਂ ਤੱਕ ਵੀਡੀਓ ਪਹੁੰਚੂਗੀ ਅਤੇ ਉਹ ਤਿਆਰੀ ਕਰ ਸਕਣਗੇ ਫ੍ਰੀ ਆਫ ਕੋਸਟ ਸੋ ਧੰਨਵਾਦ ਜੀ